صرف اس نظم آستے ہوتے ہیں تو <تصفح> پہلے ہی میں پرسوں ایک جگہ ایک دعوت میں کٹھے ہوں تے اتھے بھی آخیا نے کہ وہ نظم مسری والی آنی اس بچ میں پل کے ایک شیر لکھ چڑایا تے بس اس تو بعد جیت ساتے پھر نالی بھی آتے ہوئے اس کی وضاحت بھی کرو اک بہرحال میں یہ نظم تو ساری دی خدمت خاص کر کے اس ساڈے لوگ جڑے پانیوں پار آباد نے ਉਨਾਂ ਉਸਤੇ ਲਿਖੀ ਗਈ ਕੋ ਅਕਸਰ ਫਾਰਮੇਸ਼ਨ ਕਰਨ ਦੇ ਰੇਡੀਓ ਤੇ ਅਸਰ ਸ਼ਾਦ ਸਾਹਿਬ ਨੇ ਪ੍ਰੋਗਰਾਮ ਕਰਨਿਆ ਤੋ ਆਸਤੇਨ ਕਿ ਸਾਢੇ ਆਸਤੇ ਵੀ ਕੋਈ ਜਿਹਾ ਸ਼ਾਰ ਲਿਖੋ ਤੇ ਇਹ ਉਹਨਾਂ ਵਾਸਤੇ ਇੱਕ ਨਜ਼ਮ ਲਿਖੀ ਜੀ ਕਿ ਸੋਨਾ ਜਾਏ ਘਰ ਬੜਾ ਸਾਂ ਕੋ ਵਿੱਚ ਸੋਨਾ ਜਾਏ ਘਰ ਬੜਾ ਸਾਂ ਉਹ ਵੀ ਪਾਣੀਓਂ ਪਾਰ ਬੜਾ ਸਾਂ ਸੋਨਾ ਜਾਏ ਘਰ ਬੜਾ ਸਾਂ ਉਹ ਵੀ ਪਾਣੀਓਂ ਪਾਰ ਬੜਾ ਸਾਂ ਕੋਠੇ ਉੱਤੇ ਕੋਠਾ ਹੋਸੀ ਖਰਿਆਂ ਵਿੱਚ ਨਾ ਖੋਟਾ ਹੋਸੀ ਤਾਂ ਦੇ ਲਿਆਂ ਸੋਠਾ ਹੋਸੀ ਕੋਠੇ ਉੱਤੇ ਕੋਠਾ ਹੋਸੀ کھریاں بے کھوٹا ہو سی تا دلے سوٹا ہو سی لے بوئے چار لواساں سونا جاے گھر بڑا سان، او بھی پانیوں پار بڑا سان، اور آسے پاسے میلے سن آسے پاسے میلے سن جنگل ہو سی ویلے اور سن, او سن، پیڈاں بکریاں لے لے او سن آسے پاسے میلے سن جنگل ہو سی ہو سن, سن، پیڈاں بکریاں لے لے سو گائیاں ٹاکے نال چراساں سونا جائے گھر بڑا س ਉਹ ਵੀ ਪਾਣੀਓਂ ਪਾਰ ਬੜਾ ਸਾਂ ਔਰ ਜੀ ਜੀ ਆਖਰ ਮਰਨਾ ਹੋਸੀ ਜੀ ਜੀ ਆਖਰ ਮਰਨਾ ਹੋਸੀ ਕਟ ਮੋ ਤੂਦਾ ਪਰਨਾ ਹੋਸੀ ਇਹ ਹੀ ਲਾਵੀ ਕਰਨਾ ਹੋਸੀ ਸਭ ਕੁਝ ਛੋੜ ਛੁੜਾ ਕੇ ਜਾ ਸਾਂ ਸੋਣਾ ਜਾਏ ਘਰ ਬੜਾ ਸਾਂ ਉਹ ਵੀ ਪਾਣੀਓਂ ਪਾਰ ਬੜਾ ਸਾਂ ਔਰ ਸੰਗੀ ਦੂਰੋਂ ਦੂਰੋਂ ਆ ਸੁਣ ਮੇਰੀ ਸੁਣ ਸੁਣ ਆਪਣੀ ਸੁਣਾ ਸੁਣ ਫੇਰਿਆਂ ਉਤੇ ਫੇਰੇ ਪਾਸ ਸੁਣ ਸਾਰਿਆਂ ਉਸ ਦੀ ਸੈਰ ਕਰਾ ਸਾਂ ਸੋਣਾ ਜਾਏ ਘਰ ਬੜਾ ਸਾਂ ਉਹ ਵੀ ਪਾਣੀ ਉਹ ਭਾਰ ਬੜਾ ਸਾਂ ਵਿਚਾਰਤ ਸਾਹਿਬ ਕਿ ਬਾਗ ਇੱਕ ਚਾਰ ਚਫੇਰੀ ਹੋ ਸੀ ਬਾਗ ਇੱਕ ਚਾਰ ਚਫੇਰੀ ਹੋ ਸੀ ਖੋੜੀ ਸਿੰਜਲੀ 베ਰੀ ਹੋ ਸੀ ਮੇਰੇ ਨਾਲ ਮਸੇਰੀ ਹੋ ਸੀ ਬਾਗ ਇੱਕ ਚਾਰ ਚਫੇਰੀ ਹੋ ਸੀ ਖੋੜੀ ਸਿੰਜਲੀ 베ਰੀ ਹੋ ਸੀ ਮੇਰੇ ਨਾਲ ਮਸੇਰੀ ਹੋ ਸੀ ਫਿਰ ਸਾਂ ਟਰਸਾਂ ਪੀਸਾਂ ਖਾਸਾਂ ਸੋਣਾ ਜਾਏ ਘਰ ਬੜਾ ਸਾਂ ਉਹ ਵੀ ਪਾਣੀਓਂ ਪਾਰ ਬੜਾ ਸਾਂ ਪਰ ਨਾ ਪੈਸਾ ਨਾ ਠੇਲਾ ਹੋਸੀ ਅਮਨ ਉਡਾਡਾ ਵੇਲਾ ਹੋਸੀ ਨਾ ਕੋਈ ਝਗੜਾ ਰੇਲਾ ਹੋਸੀ ਸੋਹਣੇ ਰਾਤੇ ਰਕਸਾਂ ਆਸਾਂ ਸੋਹਣਾ ਜਾਏ ਘਰ ਬੜਾ ਸਾਂ ਉਹ ਵੀ ਪਾਣੀਓਂ ਪਾਰ ਬੜਾ ਸਾਂ ਆਖਰੀ ਬੰਦੇ ਸਰਪੋਜੋ ਕਰਸੋ ਕਿ ਅਮਨ ਨਾ ਹੀ ਰਾ ਫੇਰੀ ਹੋਸੀ ਅਮਨ ਨਾ ਰਾ ਫੇਰੀ ਹੋ ਸੀ ਨਾ ਕੋਈ ਤੇਰੀ ਮੇਰੀ ਹੋ ਸੀ ਮਿੱਟੀ ਦੀ ਇੱਕ ਢੇਰੀ ਹੋ ਸੀ ਲੱਠੇ ਦਾ ਇੱਕ ਸੂਟ ਸਵਾਸਾ ਸੋਹਣਾ ਜਾਏ ਘਰ ਬੜਾ ਸਾਂ ਉਹ ਵੀ ਪਾਣੀੋਂ ਪਾਰ ਬੜਾ ਸਾਂ ਬਹੁਤ ਸ਼ੁਕਰੀਆ